ਜਿਹੜੀਆਂ ਸਾਡੀਆਂ ਰਵਾਇਤੀ ਪਾਰਟੀਆਂ ਜਾਂ ਸਰਕਾਰਾਂ ਇਹਨਾਂ ਨੇ ਪੰਜਾਬ ਨਾਲ ਪੰਜਾਬ ਦੇ ਪਾਣੀ ਨਾਲ ਇੱਥੋਂ ਦੇ ਵਾਤਾਵਰਣ ਨਾਲ ਸਾਡੀ ਮਿੱਟੀ ਨਾਲ ਇਕਦਾਰੀ ਕੀਤੀ ਹੈ। जिवें सामने बरगाली का मोर्चा लाया असी श्री गुरु ग्रंथ साहब के अंग गलियां खिलाए गए इंसाफ गया गोलियां चला दी इन्होंने टक्कर ले सकन उन्होंने अगे खड़ के इतिहास की कोई वर्दी धारा दूजे पासे मोड़ सकन क्योंकि साडे लिए गल समझनी बड़ी जरूरी हुंदी आ। दो तरह के महान इतिहास च जिहड़े शख्सियत या साडे नायक बनते आ दो तरह के हुंदे आ। एक नायक उह हुंदे आ जिहड़े इतिहास के वर्दी धारा के नाल कुछ महान काम या महान कारनामे कर जांदे आ। एक नायक या महानायक उह हुंदे आ जिहड़ी इतिहास की वर्दी धारा के उल्ट या उहदे सामने खड़ के कौम लई या इंसानियत लई और उस किसी भी हालात दे जिहड़ी उस हुक्मराना उस वेले उस समय की सरकार उहदे अगेंस्ट लड़ाई लड़नी उह लड़ाई विड़दे ही लड़दे आ ते इतिहास नूं इक नवा मोड़ दे दिंदे आ। जदों असीं साडे गुरु साहिबान की गल करते हैं या साडे कौमी शहीदां की गल करते हैं बहुत सारी सिख शख्सियत की गल करते हैं तो साडे मोस्टली जिहड़े मैनूं आए लगता नायक या महानायक होए आ जिवें हुण वाले समय च जिवें जदों की मैनूं सुणदा उस समय च असीं साडे जिहड़े ਸਤ ਜਰਨੈਲ ਸਿੰਘ ਭਿੰਡਰਾਂ ਵਾਲੇ ਸਾਡੇ ਮਹਾਨਾਇਕ ਅਸੀਂ ਕੌਮੀ ਸ਼ਹੀਦ ਕੌਮ ਦੇ ਉਵੇਂ ਹੀ ਜਸਵੰਤ ਸਿੰਘ ਖਾਲੜਾ ਜੀ ਇਹ ਵੀ ਸਾਡੇ ਮਹਾਨਾਇਕ ਕਬੀਨਾ ਹੀ ਇਤਿਹਾਸ ਦੀ ਵਰਗੀ ਧਾਰਾ ਦੇ ਉਲਟ ਹੁਕਮਰਾਨਾਂ ਨਾਲ ਲੜਾਈ ਵਿੱਢੀ ਤੇ ਉਹ ਲੜਾਈ ਵਿੱਢੀ ਕਿਸੇ ਨਾ ਕਿਸੇ ਸਿਰੇ ਤੇ ਕਿਸੇ ਪਿੱਛੇ ਨੂੰ ਲੈ ਕੇ ਮਿੱਥੀ ਗਈ ਤੇ ਮੈਨੂੰ ਲੱਗਦਾ ਉਹ ਲੜਾਈ ਸਾਨੂੰ ਜਾਰੀ ਰੱਖਣੀ ਚਾਹੀਦੀ ਆ। मशहूर पंजाबी एक्टर दीप सिद्धू होना ने अपने सोशल मीडिया अकाउंट उत्ते हाल ही दे विच एक वीडियो पाई है जिस दे विच ओ एक गुरुद्वारा साहब दे विच खड़े ने ते साध संगत दे नाल गलबात कर रहे ने। दस दईए कि 3 सितंबर सन 1995 नूं शहीद जसवंत सिंह खराड़ा जी उन्हां दी शहीदी हुई सी ते उस दिन तो बाद हरेक साल 3 सितंबर नूं उन्हां दी बरसी मनाई जांदी है ते जिस मौके दीप सिद्धू भी इस बार बरसी दे विच शामिल होए सी ते उन्हां ने साध संगत दे नाल काफ़ी गलबात की ਕੀ ਕੁਝ ਕਹਿੰਦੇ ਨੇ ਆਓ ਵੇਖ ਲੈਨੇ ਆ। ਸਾਡੀ ਜਿਹੜੀ ਲੜਾਈ ਆ ਉਹ ਇਸ ਇੰਡੀਅਨ ਸਟੇਟ ਨਾਲ ਆ ਕਿਸੇ ਖਾਸ ਵਰਗ ਨਾਲ ਨਹੀਂ। ਅਸੀਂ ਕਿਸੇ ਹਿੰਦੂਆਂ ਨਾਲ ਨਹੀਂ ਲੜ ਰਹੇ, ਦਲਿਤ ਭਰਾਵਾਂ ਨਾਲ ਨਹੀਂ ਲੜ ਰਹੇ, ਕਿਸੇ ਹੋਰ ਕਿਸੇ ਵਰਗ ਨਾਲ ਸਾਡੀ ਲੜਾਈ ਨਹੀਂ ਆ। ਅਸੀਂ ਤਾਂ ਜਿਹੜਾ ਸਾਡੇ ਗੁਰੂ ਸਾਹਿਬਾਨ ਦਾ ਫਲਸਫਾ ਮਾਨਾ ਸੀ ਜਾਂ ਸਭੇ ਇੱਕੋ ਪਹਿਚਾਣ ਨੂੰ ਸਾਡੇ ਲਈ ਸਾਰੇ ਇੱਕ ਅਸੀਂ ਇਨਸਾਨੀਅਤ ਦੀ ਲੜਾਈ ਬੈਠੀ ਹੋਈ ਆ ਆਪਦੇ ਇਨਸਾਫ ਵਾਸਤੇ ਲੜਦੇ ਹਾਂ। ਸਾਡੀ ਧਰਤੀ, ਸਾਡੀ ਜ਼ਮੀਨ, ਸਾਡੀ ਮਿੱਟੀ, ਸਾਡੇ ਲੋਕਾਂ ਲਈ ਲੜਦੇ ਹਾਂ। ਸੋ ਗੱਲ ਬੜੀ ਜਿਹੜੀ ਮੈਂ ਕਹਿਣੀ ਚਾਹੁੰਦਾ ਕਿੰਨੀ ਸੰਖੇਪ ਚ ਗੱਲ ਕਹੀ ਹੈ, ਕਹਿਣੀ ਬੜੀ ਔਖੀ ਹੁੰਦੀ ਆ। ਸੋ ਪਰ ਗੱਲ ਇਹ ਆ ਵੀ ਜਿਹੜੀਆਂ ਸਾਡੀਆਂ ਰਵਾਇਤੀ ਪਾਰਟੀਆਂ ਜਾਂ ਸਰਕਾਰਾਂ ਇਹਨਾਂ ਨੇ ਪੰਜਾਬ ਨਾਲ, ਪੰਜਾਬ ਦੇ ਪਾਣੀਆਂ ਨਾਲ, ਇੱਥੋਂ ਦੇ ਵਾਤਾਵਰਣ ਨਾਲ, ਸਾਡੀ ਮਿੱਟੀ ਨਾਲ ਇਕਦਾਰੀ ਕੀਤੀ ਹੈ ਤੇ ਜੇ ਅਸੀਂ ਨਹੀਂ ਜਾ ਕੇ ਜਾਂ ਨਹੀਂ ਸਮਝਦੇ ਤਾਂ ਅਸੀਂ ਇਕਦਾਰੀਆਂ ਕਰਦੇ ਰਹਿਣਗੇ। ਸਾਨੂੰ ਮਾੜਾ ਮੋਟਾ ਕੋਈ ਵਾਅਦੇ ਕਰਕੇ ਕਿ ਅਸੀਂ ਇੱਕ ਅੱਧਾ ਵਾਅਦਾ ਸਾਡੇ ਨਾਲ ਕਰ ਦਿੰਦੇ ਆ, ਅਸੀਂ ਕੋਈ ਮੋਰਚਾ ਵਿੜਦੇ ਹਾਂ ਉੱਥੇ ਉਹ ਵਾਅਦੇ ਕਰ ਜਾਂਦੇ ਆ ਸਾਡੀ ਹੁਣ ਦਿੱਲੀ ਨਾਲ ਗੱਲ ਹੋ ਗਈ, ਅਸੀਂ ਉੱਧਰ ਨੂੰ ਹੀ ਉੱਧਰ ਜਾਂਦੇ ਹਾਂ ਤੇ ਮੁੜ ਕੇ ਉਹ ਮੋਰਚਾ ਵੀ ਕਿਤੇ ਪਿੱਛੇ ਛੱਡ ਦਿੰਦੇ ਆ। ਤੇ ਫਿਰ ਜਿਵੇਂ ਸਾਡੇ ਸਾਹਮਣੇ ਬਰਗਾਲੀ ਦਾ ਮੋਰਚਾ ਲਾਇਆ ਸੀ, ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਗਲੀਆਂ ਚ ਖਿਲਾਏ ਗਏ, ਉਹਦਾ ਇਨਸਾਫ ਮੰਗਿਆ ਤੇ ਸਾਡੇ ਤੇ ਗੋਲੀਆਂ ਚਲਾ ਦਿੱਤੀਆਂ ਇਹਨਾਂ ਨੇ। ਹੁਣ ਗੋਲੀਆਂ ਚਲਾ ਦਿੱਤੀਆਂ ਅਸੀਂ ਜਿਹੜਾ ਅਸਲ ਗੱਲ ਸੀ ਵੀ ਗੁਰੂ ਗ੍ਰੰਥ ਸਾਹਿਬ
ਬੇਨਤੀ ਹੋਈ ਅੱਜ ਤੱਕ ਸਾਡੇ ਸਾਹਮਣੇ ਕਿਸੇ ਨੇ ਆ ਕੇ ਸਾਨੂੰ ਜਵਾਬ ਨਹੀਂ ਦਿੱਤਾ ਪਰ ਉਦੋਂ ਬਾਅਦ ਅਸੀਂ ਜਵਾਬ ਬਰਗਾੜੀ ਦੇ ਮੋਰਚੇ ਤੇ ਜਿਹੜੇ ਸਿੰਘ ਸ਼ਹੀਦ ਹੋਏ ਉਹਨਾਂ ਦਾ ਮੰਗਣ ਲੱਗ ਗਏ ਕਿਸੇ ਚੀਜ਼ ਦਾ ਕੋਈ ਇਨਸਾਫ਼ ਨਹੀਂ ਹੈ ਜਦੋਂ ਤੱਕ ਅਸੀਂ ਸੰਗਠਿਤ ਨਹੀਂ ਹੋਵਾਂਗੇ ਸਿਰ ਜੋੜ ਕੇ ਨਹੀਂ ਬੈਠਾਂਗੇ ਤੇ ਸਿਰ ਜੋੜ ਕੇ ਬੈਠ ਕੇ ਸੰਵਾਦ ਨਹੀਂ ਕਰਾਂਗੇ ਕਿਉਂਕਿ ਵਿਵਾਦ ਚੋਂ ਕੁਛ ਨਹੀਂ ਨਿਕਲਣਾ ਜਦੋਂ ਸਾਡੀ ਕੌਮ ਨੂੰ ਜਾਂ ਸਾਨੂੰ ਸਨਮਾਨ ਕਰਨਾ ਆ ਗਿਆ ਉਹਦੇ ਚ ਅਸੀਂ ਬਹੁਤ ਕੁਛ ਕਰ ਸਕਦੇ ਹਾਂ ਸੋ ਜਸਵੰਤ ਸਿੰਘ ਖਾਲੜਾ ਜੀ ਦੀ ਜੇ ਗੱਲ ਕਰੀਏ ਸ਼ਹਾਦਤਾਂ ਦੇਣੀਆਂ ਬਹੁਤ ਔਖੀਆਂ ਹੁੰਦੀਆਂ ਹਰ ਬੰਦਾ ਜਾਂ ਹਰ ਤੁਸੀਂ ਕੋਈ ਵੀ ਦੁਨੀਆਂ ਦੀ ਕੌਮ ਤੁਸੀਂ ਉਹਨਾਂ ਦਾ ਇਤਿਹਾਸ ਦੇਖ ਲਓ ਬੜੀਆਂ ਔਖੀਆਂ ਸ਼ਹਾਦਤਾਂ ਦੇਣੀਆਂ ਪਰ ਸ਼ਹਾਦਤਾਂ ਨੂੰ ਸਾਹਮਣਾ ਕੌਮ ਵਾਸਤੇ ਤੇ ਪਰਿਵਾਰ ਵਾਸਤੇ ਉਹ ਇਤੋਂ ਵੀ ਔਖਾ ਹੁੰਦਾ ਸੋ ਮੇਰੇ ਖਿਆਲ ਚ ਸਾਡੀ ਮਾਤਾ ਜੀ ਬੈਠੇ ਆ ਇਹਨਾਂ ਨੇ ਉਹ ਜਿਹੜੀ ਲੜਾਈ ਲੜੀ ਆ ਜਦੋਂ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਦੇ ਜਾਣ ਤੋਂ ਬਾਅਦ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਉਹਨੂੰ ਅਸੀਂ ਪ੍ਰਣਾਮ ਕਰਦੇ ਹਾਂ ਤੁਹਾਡੇ ਜਜ਼ਬੇ ਨੂੰ ਵੀ ਪ੍ਰਣਾਮ ਕਰਦੇ ਹਾਂ ਇਹ ਬਹੁਤ ਵੱਡੀ ਗੱਲ ਆ ਤੇ ਇਹਨਾਂ ਸ਼ਖਸੀਅਤਾਂ ਤੋਂ ਸਾਨੂੰ ਸੇਧ ਤੇ ਪ੍ਰੇਰਣਾ ਲੈਣੀ ਚਾਹੀਦੀ ਆ ਜੇ ਅਸੀਂ ਕਿਉਂਕਿ ਸ਼ਖਸੀਅਤਾਂ ਇਤਿਹਾਸ ਦੀਆਂ ਉਹੀ ਹੁੰਦੀਆਂ ਜਿਹੜੀਆਂ ਸਾਨੂੰ ਪ੍ਰੇਰਨਾ ਤੇ ਸੇਧ ਦੇਣ ਜੇ ਪ੍ਰੇਰਨਾ ਤੇ ਸੇਧ ਕੋਈ ਸ਼ਖਸੀਅਤ ਇਤਿਹਾਸ ਦੀ ਨਹੀਂ ਦਿੰਦੀ ਤੇ ਅਸੀਂ ਉਹਦੇ ਲਈ ਵੀ ਜੁੜ ਕੇ ਬੈਠਦੇ ਹਾਂ ਉਹਦਾ ਫਿਰ ਬੁੱਤ ਪ੍ਰਸਤੀ ਹੋ ਜਾਂਦੀ ਆ ਸੋ ਇਹੀ ਕਹਿੰਦੇ ਹੋਏ ਮੈਂ ਇੱਕ ਵਾਰੀ ਫੇਰ ਤੁਹਾਨੂੰ ਅਰਦਾਸ ਕਰਦਾ ਜੀ ਵੀ ਆਪਾਂ ਜੁੜ ਕੇ ਬੈਠੀਏ ਕਲੈਕਟਿਵ ਕੌਨਸ਼ੀਅਸਨੈਸ ਆਪਦੇ ਚ ਪੈਦਾ ਕਰੀਏ ਬਾਕੀ ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ दोस्तों दीप सिद्धू ने अपनी इस वीडियो दे राही साध संगत दे अगे एक बेनती की कि किवें सरकारां शुरू तो लोगों के हकों के लिए कुछ उल्ट फैसले कर दी आ रही ने जिवें अजकल जो SYL का मुद्दा चल रहा है या होर बेअदबियां नूं लैके जो फैसले ले जा रहे ने वो किन्ने क सही ने ते किन्ने क गलत ने हुण देखना यह होवेगा कि आने वाले दिनों के होर किन्ने क लोग जागरूक हुंदे ने ते अपने हकों के लिए लड़ते हैं।